ਸਾਡੇ ਧਰਮ ਤੋਂ ਵੱਡਾ ਕੋਈ ਧਰਮ ਹੈ ਨਹੀਂ ਨਾ ਕੋਈ ਹੋਇਆ ਨਾ ਕੋਈ ਹੋਣਾ ਹੈ ਲੇਕਿਨ ਇਹਦੇ ਵਿੱਚ ਵੀ ਇੱਕ ਸ਼ਰਧਾ ਬਹੁਤ ਵੱਡੀ ਚੀਜ਼ ਹੈ ਜੇ ਤੁਹਾਡੀ ਸ਼ਰਧਾ ਕਿਤੇ ਥੋੜੀ ਥੋੜੀ ਜਿਹੀ ਵੀ ਕੱਚੀ ਹੈ ਨਾ ਤੇ ਤੁਸੀਂ ਉੱਥੇ ਤੁਹਾਡਾ ਕੰਮ ਨਹੀਂ ਹੋ ਸਕਦਾ ਬਚਪਨ ਦੇ ਵਿੱਚ ਮੇਰੇ ਬੇਟੇ ਨੂੰ ਐਸ਼ਵੀਰ ਨੂੰ ਵੱਡੇ ਨੂੰ ਵੀਟ ਤੋਂ ਕਣਕ ਤੋਂ ਅਲਰਜੀ ਸੀ ਜੀ ਡਾਕਟਰ ਬਲਦੀਪ ਸਾਡੇ ਇੱਥੇ ਆਪਣੇ ਸ਼ਹਿਰ ਦੇ ਫੇਮਸ ਡਾਕਟਰ ਨੇ ਮੈਨੂੰ ਕਹਿੰਦੇ ਬੇਟਾ ਯਾਦ ਰੱਖੀ 95% ਅਲਰਜੀ ਆ ਕਦੇ ਨੂੰ ਕਣਕ ਦਾ ਬਣਿਆ ਕੁਝ ਦੇ ਨਾ ਦਿਓ ਇਹ ਬੱਚੇ ਦੀ ਗ੍ਰੋਥ ਨਹੀਂ ਹੋਣੀ। ਇਹ ਬੱਚਾ ਵਧਣਾ ਫੁੱਲਣਾ ਨਹੀਂ। ਅਸੀਂ ਸਾਰਾ ਕੁਝ ਬੰਦ ਕਰਤਾ। ਕਿਸ ਨੇ ਮੈਨੂੰ ਦੱਸਿਆ? ਮੇਰਾ ਦੋਸਤ ਹੈ ਕੋਈ ਹਰਦੀਪ ਮੁੰਛੀਆ ਸਾਨਿਆਣਾ। ਜੀ। ਉਹਦੀ ਵਾਈਫ ਇੱਥੇ ਕਿਤੇ ਸਰਵ ਰੋਕਾ ਔਖਦਨਾਮ ਉੱਥੇ ਸੇਵਾ ਕਰਦੀ ਹੈ। ਮੈਨੂੰ ਕਹਿੰਦੀ ਵੀਰੇ ਤੁਸੀਂ ਉਹ ਚੰਨ ਕਿੱਥੇ ਮਿਲਗੇ ਕਿਤੇ? ਵੀਰੇ ਤੁਸੀਂ ਇੱਕ ਵਾਰ ਨਾ ਸਰਵ ਰੋਕਾ ਔਖਦਨਾਮ ਆਓ। ਮੈਂ ਕਿਹਾ ਪਹਿਣੀ ਉੱਥੇ ਕੀ ਹੈ? ਕਹਿੰਦੀ ਗੁਰਬਾਣੀ ਸੁਣਾਈ ਜਾਂਦੀ ਹੈ। ਗੁਰਬਾਣੀ ਨਾਲ ਹਰ ਚੀਜ਼ ਦਾ ਬਿਮਾਰੀ ਦਾ ਇਲਾਜ ਹੁੰਦਾ। ਸੁਣਿਆ ਕਦੇ ਤੁਸੀਂ ਸੁਣਿਆ ਕਦੇ ਬਿਲਕੁਲ ਮਤਲਬ ਇਹ ਕਿਹਾ ਜਾਂਦਾ ਸਰਬ ਰੋਗ ਕੌਖ ਦਾ ਨਾਮ ਦਾ ਹੀ ਮਤਲਬ ਇਹ ਹੈ ਸਿਰਫ ਇੱਕ ਗੁਰਬਾਣੀ ਦੀ ਧੁੱਕ ਸੁਣੀ ਆ ਕਦੇ ਇਦਾਂ ਇਹ ਕ੍ਰਿਸ਼ਮਾ ਦੇਖਿਆ ਨਹੀਂ ਪਰ ਆਪਾਂ ਸਾਰੇ ਡਾਕਟਰਾਂ ਕੋਲੇ ਜਾਂਦੇ ਆ ਪੀਜੀਆ ਜਾਂ ਜਿੱਥੇ ਵੀ ਹਾਂ ਹੁਣ ਜੇ ਮੈਂ ਸਾਰਿਆਂ ਨੂੰ ਕਹਾਂ ਤੁਸੀਂ ਸਾਰੀਆਂ ਚੀਜ਼ਾਂ ਛੱਡ ਦਿਓ ਸਰਬ ਰੋਗ ਕੌਖ ਦਾ ਨਾਮ ਲੁਧਿਆਣੇ ਇੱਕ ਜਗ੍ਹਾ 385 ਵਾਲੋ ਜਗ੍ਹਾ ਦਾ ਨਾਮ ਆ ਕਰਦਾ ਮੈਂ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਮੂਹ ਜਵਾਨੀ ਇਹ ਗੱਲਾਂ ਦੱਸਦਾ ਮੈਂ ਡਾਕਟਰ ਕੋਲ ਵੀ ਜਾਣਾ ਨਾ ਮੈਂ ਪਿੱਛੇ ਖੜ ਜਾਣਾ ਵਾਈ ਬੱਚਾ ਦਵਾਈ ਲੈਣ ਦੇ ਕਿ 385 ਵਾਲ ਜੀ ਵੀਟ ਅਲਰਜੀ ਆ ਤੁਨੋਂ ਫਲਾਨਾ ਉੱਥੇ ਲੋਕਾਂ ਦੇ ਬ੍ਰੇਨ ਦੇ ਵਿੱਚ ਕੀੜੇ ਪਏ ਹੋਏ ਲੋਕਾਂ ਦੇ ਕੈਂਸਰ ਲੋਕਾਂ 'ਚ ਕੁੱਬ ਪਏ ਹੋਏ ਬੱਚਿਆਂ ਨੂੰ ਅਲਰਜੀ ਪਤਾ ਨਹੀਂ ਕਿਹੜੀ ਕਿਹੜੀਆਂ ਪ੍ਰੋਬਲਮਾਂ ਜਦੋਂ ਅਸੀਂ ਗਏ ਮੇਰਾ ਮੁੰਡਾ ਠੀਕ ਨਾ ਹੋਇਆ ਮਹੀਨਾ ਜਾਂਦੇ ਰਿਹਾ ਸੀ ਅੱਛਾ ਐਸ ਵੀ ਠੀਕ ਨਹੀਂ ਹੋਇਆ ਅਚਾਨਕ ਜਾਣਾ ਬੰਦ ਕਰਤਾ ਇੱਕ ਦਿਨ ਭੈਣ ਵਾਪਸ ਮੈਨੂੰ ਫੋਨ ਕਰਕੇ ਕਹਿੰਦੀ ਭਾਜੀ ਤੁਸੀਂ ਆਏ ਨਹੀਂ ਦੁਬਾਰਾ ਮੈਂ ਕਿਹਾ ਭੈਣੇ ਬੇਟਾ ਠੀਕ ਨਹੀਂ ਹੋਇਆ ਕਹਿੰਦੀ ਇਹਦਾ ਮਤਲਬ ਇਹ ਨਹੀਂ ਤੁਹਾਡੀ ਵੀ ਉੱਥੇ ਉਹ ਗਰਬਾਣੀ 'ਚ ਉਨੀਏ ਸ਼ਕਤੀ ਨਹੀਂ ਤਾਕਤ ਨਹੀਂ ਤੁਹਾਡੀ ਸ਼ਰਦਾ ਕੱਚੀ ਹੈ ਅਸੀਂ ਫਿਰ ਸੋਚਿਆ ਮੈਂ ਤੇ ਵਾਈਫ ਚਾਰ ਦਿਨ ਫਿਰ ਜਾ ਕੇ ਉਹ ਜਿਹੜਾ ਪਾਠ ਸੁਣਾਉਂਦੇ ਪਾਠ ਲੱਲਾ ਲਾਵੋ ਵਾਲਾ ਪਾਠ ਜਿਹੜਾ ਸੁਣਾਉਂਦੇ ਅਸੀਂ ਉਹ ਪਾਠ ਸੁਣਿਆ ਰੂਟੀਨ ਚ ਐਸ਼ਵੀਰ ਨੂੰ ਕਰਿਓ ਪਾਠ ਸੁਣਾਉਣਾ ਸ਼ੁਰੂ ਕੀਤਾ ਇੱਕ ਮਹੀਨੇ ਬਾਅਦ ਮੈਨੂੰ ਪਣ ਕਹਿੰਦੀ ਕਿਵੇਂ ਆ ਮੈਂ ਕਿਹਾ ਵੀ ਹੁਣ ਉਹਦਾ ਪੇਟ ਕਦੇ ਦੁੱਖਿਆ ਨਹੀਂ ਕਹਿੰਦੀ ਹੁਣ ਤੁਸੀਂ ਅਲਰਜੀ ਚੈੱਕ ਕਰਾ ਲਓ ਹੁਣ ਤੁਹਾਡੀ ਸ਼ਰਦਾ ਠੀਕ ਹੈ ਮੈਂ ਕਹਿੰਦੀ ਪਣੇ ਕਰਾਉਣੀ ਨਹੀਂ ਕਹਿੰਦੀ ਕਰਾ ਲਓ ਹੁਣ ਤੁਸੀਂ ਅਸੀਂ ਅਲਰਜੀ ਚੈੱਕ ਕਰਾਉਣਗੇ 95% ਜਿਹੜੀ ਅਲਰਜੀ ਸੀ ਨਾ ਉਹ ਜ਼ੀਰੋ ਵੀ ਨਹੀਂ ਆਈ ਉਹਨੇ ਕ੍ਰਿਸ਼ਮਾ ਨਹੀਂ ਹੈ ਬਿਲਕੁਲ ਬਹੁਤ ਵੱਡੀ ਜਦੋਂ ਅਸੀਂ ਟੁੱਟੇ ਹੁੰਨੇ ਆ ਨਾ ਸਾਡੀ ਸ਼ਰਦਾ ਰੁਕ ਟਿਕਦੀ ਨਹੀਂ ਕਿਤੇ ਕਿਉਂਕਿ ਅਸੀਂ ਟੁੱਟੇ ਹੁੰਨੇ ਆ ਸਾਡਾ ਮਨ ਡੋਲ ਜਾਂਦਾ ਸਾਡੇ ਚ ਇੰਨੀ ਤਾਕਤ ਨਹੀਂ ਗੁਰਬਾਣੀ ਦੇ ਵਿੱਚ ਜਿੰਨੀ ਤਾਕਤ ਆ ਨਾ ਇਤੋਂ ਵੱਡੀ ਤਾਕਤ ਕਿਤੇ ਨਹੀਂ ਇਹ ਸਾਰੇ ਧਰਮ ਜਿਹੜੇ ਨੇ ਗੁਰਬਾਣੀ ਦੇ ਵਿੱਚ ਹੀ ਭਰੋਏ ਹੋਏ ਨੇ ਇਤੋਂ ਹੀ ਸਾਰੇ ਨਿਕਲੇ ਹੋਏ ਨੇ